ਬਠਿੰਡਾ ਦੇ ਡੱਬਵਾਲੀ ਰੋਡ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰਾਇਆ ਗਿਆ ਗਰੀਬ ਕਲਿਆਣ ਸੰਮੇਲਨ ਦਾ ਆਯੋਜਨ, ਜਿਸ ਵਿੱਚ ਲੋਕਾਂ ਨੂੰ ਇਸ ਸੰਬੰਧੀ ਕੀਤਾ ਗਿਆ ਜਾਗਰੂਕ, ਜਿੱਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਸੰਬੰਧੀ ਆਨਲਾਈਨ ਸੰਬੋਧਨ ਕਰਨਾ ਸੀ, ਉੱਥੇ ਅੱਜ ਬਠਿੰਡਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵੀ ਮਾਹਰਾਂ ਵੱਲੋਂ ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਸ ਦੇ ਤੁਸੀਂ ਕੀ ਲਾਭ ਲੈ ਸਕਦੇ ਹੋ ਅਤੇ ਇਸ ਦੇ ਕੀ ਫਾਇਦੇ ਨੇ, ਇਸ ਦਾ ਤੁਸੀਂ ਕਿਸ ਤਰ੍ਹਾਂ ਲਾਭ ਲੈ ਸਕਦੇ ਹੋ। ਇਸ ਸੰਬੰਧੀ ਇੱਥੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਸ ਸੰਬੰਧੀ ਇਸ ਸੈਮੀਨਾਰ ਦੇ ਵਿੱਚ ਇਹਨਾਂ ਨੂੰ ਸਾਰੇ ਗੁਰਲ ਇਹਨਾਂ ਦੇ ਨਾਲ ਸਾਂਝੀ ਕੀਤੀ ਗਈ। ਤੁਸੀਂ ਦੇਖ ਰਹੇ ਤਸਵੀਰਾਂ ਬਠਿੰਡਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ, ਜਿੱਥੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੇਰਾ ਨਾਮ ਡਾਕਟਰ ਸਰਪ੍ਰਿਆ ਸਿੰਘ ਆ, ਸਹਾਇਕ ਪ੍ਰੋਫੈਸਰ ਫਲ ਵਿਗਿਆਨ। ਜਿਹੜਾ ਅੱਜ ਦਾ ਸਾਡਾ ਮੇਨ ਮੁੱਖ ਜਿਹੜਾ ਮੰਤਵ ਆ, ਜਿਹੜਾ ਗਰੀਬ ਕਲਿਆਣ ਸੰਮੇਲਨ ਆ, ਇਹਦੇ ਵਿੱਚ ਦੱਸਿਆ ਜਾਣਾ ਕਿ ਵੱਖ ਵੱਖ ਟ੍ਰੇਨਿੰਗਾਂ ਰਾਹੀਂ ਕਿ ਕਿਵੇਂ ਆਪਾਂ ਕੀ ਆ ਗਰੀਬੀ ਰੇਖਾ ਉੱਤੇ ਜਾ ਸਕਦੇ ਹਾਂ। ਜਿਵੇਂ ਆਪਣੇ ਪ੍ਰੋਸੈਸਿੰਗ ਟ੍ਰੇਨਿੰਗ, ਜੇ ਆਪਾਂ ਬੀਬੀਆਂ ਦੀ ਗੱਲ ਕਰ ਲਈਏ, ਪ੍ਰੋਸੈਸਿੰਗ ਟ੍ਰੇਨਿੰਗ ਜਿਵੇਂ ਹੋ ਗਈ, ਚਾਰ ਮੁਰੱਬਿਆਂ 'ਚ ਚੜ੍ਹਨੇ ਬਾਰੇ ਲੈਕਚਰ ਕਰਾਏ ਗਏ, ਨਾਲ ਜਿਹੜੇ ਆ ਵੱਖ ਵੱਖ ਜਿਵੇਂ ਸੁਸਾਇਟੀਆਂ ਨੇ, ਜਿਵੇਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਕੀ ਆ ਇੱਕ ਮੁਹਿੰਮ ਚਲਾਈ ਗਈ, ਜਿਹੜੀ ਆਪਣੇ PM ਜਿਹੜੇ ਕਿਸਾਨ ਦੀ ਯੋਜਨਾ ਜਿਹੜੀ ਆ, ਇੱਕ ਜਿਹੜੀ ਆ PM ਕਿਸਾਨ ਜਿਹੜੀ ਆ ਯੋਜਨਾ ਦੇ ਨਾਲ ਨਾਲ ਕੀ ਆ ਇੱਕ ਗਰੀਬ ਕਲਿਆਣ ਜਿਹੜਾ ਸੰਮੇਲਨ ਕਰਾਇਆ ਗਿਆ ਵਾ, ਉਹਦੇ ਵਿੱਚ ਤਹਿਤ ਜਿਹੜਾ ਪ੍ਰਧਾਨ ਮੰਤਰੀ ਅੱਜ ਉੱਥੇ ਸੰਬੋਧਨ ਕਰਨਗੇ ਸਾਰੇ ਕਿਸਾਨ ਵੀਰਾਂ ਨੂੰ, ਬੀਬੀਆਂ ਨੂੰ, ਤੋ ਜਿਹੜਾ ਕਿ ਉਹਦਾ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਲੈ ਸਕਣਗੇ। ਅਤੇ ਇਸ ਮੌਕੇ ਜਿਹੜਾ ਵਾ ਸਾਡਾ ਜਿਹੜਾ ਵਾ ਜਿਹੜਾ ਪ੍ਰਬੰਧ ਕੀ ਆ, ਇਹ 'ਚ ਆਪਾਂ ਕੀ ਵੱਖੋ ਲੈਕਚਰ ਜਿਹੜੇ ਆ ਆਪਣੇ ਐਕਸਪਰਟਾਂ ਦੇ ਕਰਵਾਏ ਗਏ ਆ, ਜਿਹਦੇ ਵਿੱਚ ਆਪਾਂ ਐਕਸਟੈਂਸ਼ਨ ਦੇ ਕਹਿ ਸਕਦੇ ਹਾਂ, ਫਿਰ ਆਪਣੇ ਪ੍ਰੋਸੈਸਿੰਗ ਬਾਰੇ ਕਹਿ ਸਕਦੇ ਹਾਂ, ਬਾਗਬਾਨੀ ਬਾਰੇ ਕਹਿ ਸਕਦੇ ਹਾਂ, ਜਾਂ ਜਿਹੜੇ ਸਾਡੇ NGO ਆ ਕਿ ਕਿਹੜੇ ਕਿਹੜੇ ਚੀਜ਼ ਦਾ ਆਪਾਂ ਫਾਇਦਾ ਕਿਵੇਂ ਲੈ ਸਕਦੇ ਹਾਂ, ਉਸ ਬਾਰੇ ਕੀ ਆ ਸਾਰੇ ਲੈਕਚਰ ਕਰਵਾਏ ਗਏ ਆ। ਅਤੇ ਜਿਹੜੇ ਸਾਡੇ ਜਿਹੜੇ ਆ ਆਨੰਦ ਮਾਰ ਜਿਹੜੇ ਆਪਣੇ ਲਾਭਪਾਤਰੀ ਆ ਸਾਰੇ ਆਏ ਆ, ਅਤੇ ਸਾਡੇ ਕੀ ਉਹ ਸਾਰਾ ਕੁਛ ਜਿਹੜੀ ਜਾਣਕਾਰੀ ਲੈ ਰਹੇ ਆ, ਅਤੇ ਆਪਣੇ ਕੀ ਆ ਉਹ ਜਿਹੜੇ ਸਾਰੇ ਆਪਣੇ ਦੇ ਅਪਣਾ ਕੇ ਉਸ ਦਾ ਕੋਈ ਲਾਭ ਲੈ ਸਕਦੇ। ਕੀ ਨਾਮ ਹੈ ਜੀ? ਡਾਕਟਰ ਗੁਰਮੀਤ ਸਿੰਘ ਢਿੱਲੋਂ, ਸਹਿਯੋਗੀ ਪ੍ਰੋਫੈਸਰ KVK ਬਠਿੰਡਾ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ? ਹਾਂਜੀ, ਅੱਜ ਜਿਹੜਾ ਇਹ ਪ੍ਰੋਗਰਾਮ ਹੈਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਅੱਛੇ ਮੇਲੇ ਵਿਖੇ ਪਹੁੰਚ ਰਹੇ ਨੇ, ਅਤੇ ਜਿਹਦੇ ਵਿੱਚ ਜਿਹੜੀ ਆਪਣੀ PM ਕਿਸਾਨ ਸਨਮਾਨ ਨਿਧੀ ਯੋਜਨਾ, ਜਿਹਦੇ ਵਿੱਚ 2000 ਰੁਪਈਆ ਆਪਣਾ 6000 ਰੁਪਈਆ ਸਾਲ ਦੇ ਵਿੱਚ ਕਿਸਾਨਾਂ ਨੂੰ ਦੇਣਾ ਹੈ, ਉਹਦੀ 11ਵੀਂ ਕਿਸ਼ਤ ਰਿਲੀਜ਼ ਕਰਨੇ, ਜਿਹਦੇ ਵਿੱਚ 21,000 ਕਰੋੜ ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਚਲਾ ਜਾਣਾ, ਕਿਉਂਕਿ ਇਹ ਸਕੀਮਾਂ ਜਿਹੜੀਆਂ ਵੱਖ ਵੱਖ ਸਕੀਮਾਂ ਜਿਹਦੇ ਵਿੱਚ ਗਰੀਬ ਕਲਿਆਣ ਯੋਜਨਾ ਦੀ ਅਧੀਨ ਆਉਂਦੀਆਂ ਨੇ, ਜਿਹਨਾਂ ਜਿਵੇਂ ਕਿ ਜਿਹੜੇ ਵਿਚਾਰੇ ਬੇਸਹਾਰੇ ਮਜ਼ਦੂਰ ਆ, ਗਰੀਬ ਰਿਕਸ਼ਿਆਂ ਵਾਲੇ ਸੜਕਾਂ 'ਤੇ ਬੈਠੇ ਆ ਮਜ਼ਦੂਰ ਆ, ਉਹਨਾਂ ਨੂੰ 500 ਰੁਪਈਆ ਉਹਨਾਂ ਦੇ ਖਾਤਿਆਂ 'ਚ ਪ੍ਰਤੀ ਮਹੀਨਾ ਜਿਹੜਾ ਪੈ ਜਾਣਾ ਹੈਗਾ। ਕਿਉਂਕਿ ਆਪਾਂ ਦੇਖਿਆ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਸੀ, ਅਤੇ ਜਿਹੜੀ ਆਪਣੀ ਜਿਹੜੀ ਲੇਬਰ ਸੀ, ਮਾਈਗਰੈਂਟ ਲੇਬਰ ਜਿਹੜੀ UP ਜਾਂ ਬਿਹਾਰ ਤੋਂ ਆਈ ਸੀ, ਉੱਥੇ ਵਾਪਸ ਜਾਣੀ ਸ਼ੁਰੂ ਹੋ ਗਈ ਸੀਗੀ, ਅਤੇ ਉਹਨਾਂ ਕੋਲ ਕੋਈ ਧੰਦਾ ਵੀ ਨਹੀਂ ਸੀਗਾ। ਸੋ ਇਹ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ 28 ਮਾਰਚ 2020 ਦੇ ਵਿੱਚ ਜਿਹੜੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਸੀਗੇ, ਉਹਦੇ ਅਧੀਨ 14 ਤਰ੍ਹਾਂ ਦੀਆਂ ਸਕੀਮਾਂ, ਜਿਹਨਾਂ ਦੇ ਵਿੱਚ ਜਿਹੜੀਆਂ ਘਰੇਲੂ ਔਰਤਾਂ, ਉਹਨਾਂ ਨੂੰ ਜਿਹੜੀਆਂ ਗਰੀਬੀ ਔਰਤਾਂ ਬਿਲੋ ਪਾਵਰਟੀ ਲਾਈਨ ਤੋਂ ਥੱਲੇ ਰਹਿ ਰਹੇ ਨੇ ਲੋਕ, ਉਹਨਾਂ ਵਾਸਤੇ ਜਿਹੜਾ ਇੱਕ 5 ਕਰੋੜ ਸਿਲੰਡਰ ਜਿਹੜੇ ਮੁਫਤ ਦਿੱਤੇ ਜਾਣਗੇ, ਇਹ ਸਕੀਮ ਦਾ ਅੱਜ ਉਦਘਾਟਨ ਕੀਤਾ ਜਾਣਾ ਹੈਗਾ। ਅਤੇ ਜਿਹੜਾ ਆਪਣੀ 11ਵੀਂ ਕਿਸ਼ਤ ਆ ਜਿਹੜੀ ਅੱਜ ਕਿਸਾਨਾਂ ਦੇ ਖਾਤਿਆਂ 'ਚ ਆਉਣੀ ਹੈਗੀ, ਕਿਉਂਕਿ ਸਾਲ ਦੇ ਵਿੱਚ 3 ਕਿਸ਼ਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਕੁੱਲ 6000 ਰੁਪਈਆ ਜਾਂ 500 ਰੁਪਈਆ ਪ੍ਰਤੀ ਮਹੀਨਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ, ਜਿਹੜੇ ਛੋਟੇ ਅਤੇ ਸਮਾਂਤ ਕਿਸਾਨ ਉਹਨਾਂ ਦੇ ਖਾਤਿਆਂ ਵਿੱਚ ਪੈ ਜਾਂਦੇ ਨੇ। ਸੋ ਅੱਜ ਮਾਨਯੋਗ ਪ੍ਰਧਾਨ ਮੰਤਰੀ ਜੀ ਸ਼ਿਮਲੇ ਪਹੁੰਚ ਰਹੇ ਨੇ, ਉੱਥੋਂ ਜਿਹੜੇ ਬ੍ਰਿਜ ਦੇ ਉਦਘਾਟਨ ਕਰਨਗੇ, ਉਸ ਸੰਬੰਧ ਸਾਡੇ ਕੋਲ ਜਿਹੜੇ 500 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਨੇ, ਤਾਂ ਕਿ ਜਿਹੜੀਆਂ ਗਰੀਬਾਂ ਵਾਸਤੇ ਜਿਹੜੀਆਂ ਵੱਖ ਵੱਖ ਸਕੀਮਾਂ ਉਹਨਾਂ ਦਾ ਲਾਭ ਉਠਾ ਸਕਣ। ਇਸ ਤਰ੍ਹਾਂ ਜਿਹੜੇ ਜਿਵੇਂ ਆਪਾਂ ਗੱਲ ਕਰੀ ਸੀ LP ਸਿਲੰਡਰ ਦੇ ਬਾਅਦ, ਹਰ ਇੱਕ ਘਰ ਘਰ ਪਾਣੀ ਪਹੁੰਚਾਉਣ ਦਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ ਜੀ ਵੱਲੋਂ, ਉਹਦੇ ਸੰਬੰਧੀ ਵੀ ਜਿਹੜੇ ਜਿਹੜਾ ਸੈਂਟਰ ਲੈਵਲ 'ਤੇ ਜਿਹੜੀ ਸਕੀਮ ਹੈ, ਉਹਦੇ ਵਿੱਚ ਹਰ ਇੱਕ ਘਰੇ ਜਿਹੜਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈਗਾ। ਸੋ ਕੁੱਲ ਮਿਲਾ ਕੇ ਆਪਾਂ ਕਰਕੇ 16 ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਵੱਲੋਂ ਵੱਖ ਵੱਖ ਸਮੇਂ 'ਚ ਚਲਾਈਆਂ ਗਈਆਂ ਨੇ, ਉਹਨਾਂ ਦੇ ਸੰਬੰਧ 'ਚ ਅੱਜ ਜਿਹੜਾ ਮੁੱਖ ਮਕਸਦ ਹੈ ਉਹ ਪ੍ਰਧਾਨ ਮੰਤਰੀ ਦੇ ਜਿਹੜੇ ਇਹਨਾਂ ਦੇ ਲਾਭਪਾਤਰੀ ਹਨ, ਜਿਨ੍ਹਾਂ ਨੂੰ ਇਹਨਾਂ ਸਕੀਮਾਂ ਦਾ ਫਾਇਦਾ ਹੋ ਰਿਹਾ, ਉਹਨਾਂ ਸਕੀਮਾਂ ਦੇ ਲਾਭਪਾਤਰੀ ਨਾਲ ਗੱਲਬਾਤ ਕਰਨਾ, ਤਾਂ ਕਿ ਕੋਈ ਕਮੀ ਪੇਸ਼ੀ ਤਾਂ ਨਹੀਂ ਆ ਰਹੀ। ਜਿਵੇਂ ਉਦਾਹਰਣ ਦੇ ਤੌਰ 'ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਵੇਂ ਆਪਾਂ ਜਿਹੜਾ PM ਕਿਸਾਨ ਸਨਮਾਨ ਨਿਧੀ ਪ੍ਰੋਗਰਾਮ ਹੈ, ਜਿਹਦੇ ਵਿੱਚ 500 ਰੁਪਈਆ ਕਿਸਾਨਾਂ ਦੇ ਖਾਤਿਆਂ 'ਚ ਆਉਂਦਾ ਹੈ, ਅਤੇ ਕਿਸਾਨ ਵੀਰਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਆਪਦਾ ਉਹ ਜਿਹੜਾ ਖਾਤੇ ਦਾ ਫਾਰਮ ਭਰਤੇ ਹੈਗੇ, ਪਰ ਦਿੱਕਤ ਇਹ ਆ ਰਹੀ ਹੈ ਉਹਨਾਂ ਦੇ ਖਾਤੇ 'ਚ ਪੈਸੇ ਨਹੀਂ ਪੈ ਰਹੇ। ਸੋ ਇਹਨਾਂ ਤਕਲੀਫਾਂ ਦਾ ਜਿਹੜਾ ਦੁੱਖ ਤਕਲੀਫਾਂ ਦੇ ਬਾਰੇ ਕਿਸਾਨਾਂ ਤੋਂ ਜਿਹੜੇ ਲੋਕਾਂ ਤੋਂ ਜਾਗਰੂਕ ਜਾਣਕਾਰੀ ਲਈ ਜਾਊਗੀ, ਤਾਂ ਕਿ ਜਿਵੇਂ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੀਡੀਅਮ ਦੇ ਜ਼ਰੀਏ, ਵੀ ਜਿਵੇਂ ਜਿਹੜੇ ਕਿਸਾਨ ਵੀਰਾਂ ਨੇ ਸੁਸਾਇਟੀਆਂ ਦੇ ਵਿੱਚ ਆਪਣੀਆਂ ਕੋਪਰੇਟ ਸੁਸਾਇਟੀਆਂ ਪਿੰਡਾਂ ਦੇ ਵਿੱਚ ਇਹ ਫਾਰਮ ਭਰੇ ਆ, ਅਤੇ ਪਰ ਉਹਦੇ ਖਾਤੇ 'ਚ ਪੈਸੇ ਨਹੀਂ ਆ ਰਹੇ,
उन्होंने साढ़े एक नोडल अफसर खेतीबाड़ी विकास अफसर साढ़े को इतने दविंदर सिंह जी है उन्होंने ड्यूटी लाई गई है ता कि किसान भीर उन्होंने मिल लेना तो जो सही उन्होंने खाते पैसा आ जाए क्योंकि यह ज़्यादा दिक्कत आ रही है भी किसान भीर किसान बीबी या गरीबी रेखा थले रहे लोग फार्म भर रहे हैं पर बेनीफिट नहीं मिल रहा। सो इन जख स्कीम संबंधी जी जानकारी मुहैया करना सगा तो जरा मानयोग प्रधानमंत्री द्वारा जो सा खेती यूनिवर्सिटी वालों कृषि विज्ञान केंद्र विखे प्रोग्राम कर रहे हैं ये भी स्कीमों का जो लोगों तक फायदा पहुँचा है तो जो भी उन्होंने दिक्कत आ रही उन्होंने बारे जागरूक करना।